ਜੇਕਰ ਤੁਸੀਂ ਇਸ ਸਮੇਂ ਦੇਸ਼ ਦੇ ਵਿੱਚ ਕਿਤੇ ਵੀ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਇਹਦਾ ਸਿੱਧਾ ਖਰਚਾ ਜਿਹੜਾ ਕਰੋੜਾਂ ਦੇ ਵਿੱਚ ਹੁੰਦਾ ਹੈ। ਦਿੱਲੀ, ਮੁੰਬਈ ਵਰਗੇ ਸ਼ਹਿਰਾਂ ਵਿੱਚ ਜਾਇਦਾਦ ਦੇ ਰੇਟ ਹਨ ਜਿਹੜੇ ਅਸਮਾਨ ਛੂਹਦੇ ਹੈ। ਇਹ ਹੀ ਕਾਰਨ ਹੈ ਕਿ ਇਨ੍ਹਾਂ ਸ਼ਹਿਰਾਂ ਦੇ ਵਿੱਚ ਘਰ ਖਰੀਦਣਾ ਇੱਕ ਮੱਧ ਵਰਗੀ ਪਰਿਵਾਰ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੁੰਦਾ। ਜੇਕਰ ਅਸੀਂ ਗੱਲ ਕਰੀਏ ਕਿ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਸਿਰਫ 103 ਰੁਪਏ ਦੇ ਕੇ ਘਰ ਜਿਹੜਾ ਲੈ ਸਕਦੇ ਹੋ ਤਾਂ ਇਸ ਬਾਰੇ ਤੁਸੀਂ ਕੀ ਕਹੋਗੇ? ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਘਰਾਂ ਦੀ ਅਸਲ ਕੀਮਤ ਤਾਂ ਜਿਹੜੀ 6.6 ਕਰੋੜ ਰੁਪਏ ਤੋਂ ਵੱਦਾ ਹੈ ਪਰ ਤੁਹਾਨੂੰ ਦੱਸ ਦਿੰਦੇ ਆਂ ਇਹ ਘਰ ਕਿੱਥੇ ਜਿਹੜੇ ਉਪਲਬਧ ਨੇ ਅਤੇ ਇੰਨੀ ਸਸਤੀ ਕੀਮਤ ਇਹਨਾਂ ਦੀ ਮਕਾਨਾਂ ਦੀ ਜਿਹੜੀ ਕਿਉਂ ਹੈ ਤਾਂ ਇਹ ਸਭ ਕੁਝ ਕਾਰਨੀ ਸਟਾਊਨ ਨੂੰ ਸੈਂਟਰ ਲਈ ਕੋਰਨਵਾਲ ਕਾਉਂਸਲ ਦੁਆਰਾ ਕੀਤਾ ਗਿਆ ਇੱਕ ਵਧੀਆ ਕੰਮ ਹੈ ਕਾਉਂਸਲ ਨੇ ਅਜਿਹਾ ਉਹਨਾਂ ਲੋਕਾਂ ਲਈ ਕੀਤਾ ਜੋ ਮਕਾਨ ਨਾ ਮਿਲਣ ਕਾਰਨ ਪਰੇਸ਼ਾਨ ਨੇ ਇਸ ਕਾਉਂਸਲ ਨੇ ਅਜਿਹੀ ਲੋਕਾਂ ਲਈ ਸਸਤੇ ਘਰ ਭਈਆ ਕਰਵਾਉਣ ਤੇ ਜ਼ੋਰ ਦਿੱਤਾ ਹੈ ਹਾਲਾਂਕਿ ਇਹ ਘਰ ਇੰਨੇ ਕਫੈਤੀ ਹਨ ਕਿ ਪੂਰਾ ਦੇਸ਼ ਇਹਨਾਂ ਨੂੰ ਖਰੀਦਣਾ ਜਿਹੜਾ ਚਾਹੁੰਦਾ ਹੈ ਔਰ ਹਰ ਕਿਸੇ ਨੂੰ ਇਹ ਘਰ ਨਹੀਂ ਮਿਲ ਰਹੇ ਹਨ ਇਸ ਦਾ ਮਤਲਬ ਹੈ ਕਿ ਤੁਸੀਂ ਇਹ ਘਰ ਇਸ ਤਰ੍ਹਾਂ ਜਿਹੜਾ ਨਹੀਂ ਖਰੀਦ ਸਕਦੇ ਇਹ ਫਲੈਟ ਹੈ ਜਿਹੜੇ ਭਾਰਤ ਦੇ ਵਿੱਚ ਉਪਲਬਧ ਨਹੀਂ ਹਨ ਇਹ ਫਲੈਟ ਇੰਗਲੈਂਡ ਦੇ ਵਿੱਚ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਕੀਮਤ ਸਿਰਫ 103 ਰੁਪਏ ਹੈ ਮਤਲਬ 1 ਪਾਉਂਡ ਬਾਜ਼ਾਰਾਂ ਦੇ ਵਿੱਚ ਇਹਨਾਂ ਮਕਾਨਾਂ ਦੀ ਕੀਮਤ ਜਿਹੜੀ 6 ਕਰੋੜ ਤੋਂ ਪਲੱਸ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਸਿਰਫ 11 ਅਜਿਹੇ ਘਰ ਨੇ ਜੋ ਲੋਕਾਂ ਨੂੰ ਸਿਰਫ 103 ਰੁਪਏ ਵਿੱਚ ਦਿੱਤੇ ਜਾਣਗੇ ਕੌਰਨਵਾਲ ਕਾਉਂਸਲ ਇਹ ਮਕਾਨ ਨੂੰ ਲੋਕਾਂ ਨੂੰ ਜਿਹੜੇ ਦੇ ਰਹੀ ਹੈ 11 ਕੋਸਟ ਗਾਰਡ ਫਲੈਟ ਥ੍ਰੀ ਸੀਜ਼ ਕਮਿਊਨਿਟੀ ਲੈਂਡ ਟਰਸਟ ਨੂੰ ਜਾਰੀ ਕੀਤੀ ਗਈ ਹੈ ਇਸ ਕਾਉਂਸਲ ਦੇ ਆਗੂ ਸੀਐਲਆਰਆਰ ਡੇਵਿਡ ਦਾ ਕਹਿਣਾ ਹੈ ਕਿ ਇਹ ਮਕਾਨ ਹੈ ਜਿਹੜੇ ਖੁੱਲੇ ਬਾਜ਼ਾਰ ਦੇ ਵਿੱਚ ਨਹੀਂ ਵੇਚੇ ਜਾਣਗੇ ਸੋ ਇਹ 11 ਫਲੈਟ ਨੇ ਜਿਹੜੀ ਇੱਕ ਸੰਸਤਾ ਇਹ ਲੋਕਾਂ ਨੂੰ ਦੇਵੇਗੀ